ਦਿਨੀ ਰਾਜਾ ਸਾਂਸੀ ਹਲਕੇ ਦੇ ਪਿੰਡ ਔਠੀਆਂ ਨੇੜੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਜਿਨ੍ਹਾਂ ਕਿਸਾਨਾਂ ਦੇ ਕਰੀਬ 300 ਏਕੜ ਕਣਕ ਸੜ ਗਈ ਸੀ ਨੂੰ ਹੌਸਲਾ ਦੇਣ ਦੇ ਇਰਾਦੇ ਨਾਲ ਵਿਸ਼ੇਸ਼ ਤੌਰ ਤੇ ਪੁੱਜੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੰਬੰਧਿਤ ਪੀੜਿਤ ਕਿਸਾਨਾਂ ਨੂੰ ਆਪਣੀ ਜੇਬ ਚੋਂ ਮੁਆਵਜ਼ਾ ਦੇਣ ਦਾ ਐਲਾਨ ਕਰਕੇ ਨਿਰਾਸ਼ ਹੋਏ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਕਣਕ ਦਾ ਜੋ ਨੁਕਸਾਨ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਹੋਇਆ ਅਤੇ ਇਸ ਦਾ ਮੁਆਵਜ਼ਾ ਜੋ ਕਿ ਪੰਜਾਬ ਸਰਕਾਰ ਵੱਲੋਂ 8000 ਰੁਪਏ ਪ੍ਰਤੀ ਏਕੜ ਤੇ ਹੈ ਪਾਵਰਕਾਮ ਪੰਜਾਬ ਵੱਲੋਂ ਦਿੱਤਾ ਜਾਏਗਾ ਜੋ ਕਿ ਤਕਰੀਬਨ 24 ਲੱਖ ਰੁਪਏ ਬਣੇਗਾ ਅਤੇ ਇੰਨਾ ਹੀ ਮੁਆਵਜ਼ਾ ਉਹ ਆਪਣੀ ਜੇਬ ਵਿੱਚੋਂ ਵੀ ਦੇਣਗੇ। ਕਾਰ ਕੰਪਨਸੇਸ਼ਨ ਮੈਕਸਿਮਮ ਅਗਰ ਪਾਵਰਕਾਮ ਕੁਝ ਦੇ ਸਕਦੀ ਹੈ ਤੇ ਉਹ ਮੈਕਸਿਮਮ 8000 ਰੁਪਈਆ ਪਰ ਕਿੱਲਾ ਦੇ ਸਕਦੀ ਹੈ। ਐਮ ਆਈ ਰਾਈਟ ਡੀ ਸਾਹਿਬ? ਅੱਛਾ, ਫਿਰ ਉਹ ਹੁਣ ਨੋਮਸ ਨੇ, ਕੋਈ ਉਹਦੇ 'ਚ ਉਹਨਾਂ ਨੋਮਸ ਨੂੰ ਅਸੀਂ ਬਦਲ ਨਹੀਂ ਸਕਦੇ। ਠੀਕ ਹੈ, ਹੁਣ 8000 ਪਰ ਕਿੱਲੇ ਦੇ ਹਿਸਾਬ ਦੇ ਨਾਲ ਕਰੀਬ 24 ਲੱਖ ਰੁਪਈਆ ਬਣਦਾ। 24 ਲੱਖ ਬਣਦਾ ਜੀ? ਤਕਰੀਬਨ ਜਿੰਨਾ ਵੀ ਬਣੂਗਾ, ਮਤਲਬ ਉਹ ਤੁਸੀਂ ਦੇਖਿਓ ਜਦੋਂ ਉਹ ਮਾਰਕ ਕਰਨਗੇ ਐਗਜੈਕਟ ਦੱਸ ਦੇਣਗੇ ਕਿੰਨਾ। ਹੁਣ ਭਾਈ ਅਸੀਂ ਤਾਂ ਇਹਨਾਂ ਦੇ ਦੁੱਖ 'ਚ ਸ਼ਰੀਕ ਹੋ ਸਕਦੇ ਹਾਂ ਨਾ, ਅਤੇ ਉਹਦੇ ਲਈ ਅਸੀਂ ਵੀ ਕੁਛ ਕਰਨਾ। ਚਲੋ ਮੈਂ ਇਹਨਾਂ ਨੂੰ ਇਹ ਕਹਿਤਾ ਕਿ ਜਿੰਨਾ ਡੀ ਸਾਹਿਬ ਸਰਕਾਰ ਦਊਗੀ ਉਹਨਾਂ ਮੈਂ ਆਪਦੀ ਕਮਾਈ 'ਚੋਂ ਹੁਣ ਮੈਂ ਮਾੜਾ ਮੋਟਾ ਟੀ ਵੀ ਕਰਦਾ, ਜਦ ਤੱਕ ਕਰਦਾ ਉਦੋਂ ਤੱਕ ਤਾਂ ਮੈਂ ਇਹਨਾਂ ਦਾ ਭਲਾ ਕਰਦਾ।